ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਜੀ ਕਿ ਹੱਟੀ ਨਰਮ ਦੀ ਅਤੇ ਗਰਾਈ ਬਿਸ਼ਰਮ ਦੀ। ਗੱਲ ਇੱਦਾਂ ਵਾ ਵੀ ਜਿੰਨਾ ਬੰਦਾ ਨਰਮ ਹੋਵੇ ਨਾ, ਜਿੰਨੀ ਠੰਡੀ ਤਬੀਅਤ ਦਾ ਹੋਵੇ, ਉਨੀ ਦੁਕਾਨਦਾਰੀ ਚੱਲਦੀ ਆ। ਅਤੇ ਗਰਾਈ ਆ ਕਿ ਬਿਸ਼ਰਮ ਦੀ ਵੀ, ਜਾਣੀ ਬੰਦਾ ਥੋੜ੍ਹਾ ਜਿਹਾ ਹੋਵੇ ਵੀ ਉਹਨੂੰ ਲੱਥੀ ਚੜ੍ਹੀ ਜੀ ਨਾ ਹੋਵੇ ਅਤੇ ਉਹ ਗਰਾਈ ਆਸਾਨੀ ਨਾਲ ਕਰ ਲੈਂਦਾ। ਪਰ ਹੁਣ ਕੰਮ ਹੋ ਗਿਆ ਹੋਇਆ ਉਲਟ, ਕੰਮ ਇੱਦਾਂ ਉਲਟ ਹੋ ਗਿਆ ਵੀ ਜਿਹੜਾ ਅਗਲੇ ਬੰਨੇ ਲੈਣ ਵਾਲੇ ਆ ਨਾ, ਉਹ ਉਦੋਂ ਜ਼ਿਆਦਾ ਬਿਸ਼ਰਮ ਹੋ ਜਾਂਦੇ ਆ। ਜਿਹਨੇ ਗਰਾਈ ਕਰਨੀ ਆ ਨਾ, ਉਹਦੇ ਨਾਲੋਂ ਜ਼ਿਆਦਾ ਹੋ ਜਾਂਦੇ। ਅਗਲਾ ਤਾਂ ਕਹਿੰਦਾ ਵੀ ਜਿਹਨੇ ਲੈਣੇ ਆ ਮੇਰੇ ਕੋਲ 10 ਰੁਪਈਏ, ਇਹ ਜਾਂ ਮੈਨੂੰ ਗਾਲ ਕੱਢੇ ਜਾਂ ਮੇਰੇ ਕੋਲ ਇੱਕ ਅੱਧੀ ਪਾਜਣਾ ਚਪੇੜ ਮਾਰੇ, ਮੇਰੀ ਜਾਨ ਛੋਟੇ ਪੈਸਿਆਂ ਦਾ। ਉਸੇ ਤਰ੍ਹਾਂ ਹੀ ਆ ਜੀ। ਅਤੇ ਉਹ ਜਿਹੜਾ ਲੈਣੇ ਵਾਲਾ ਉਹ ਵਿਚਾਰਾ ਡਰਦਾ ਵੀ ਯਾਰ ਜੇ ਮੈਂ ਕੋਈ ਗੱਲ ਕਹਿਤਾ ਨਾ, ਕੋਈ ਗੱਲ ਕਰ ਦਿੱਤੀ ਮਾੜੀ ਚੰਗੀ, ਅਤੇ ਮੈਨੂੰ ਪਤਾ ਮੇਰੇ ਮਰ ਜਾਣੇ। ਕਿਉਂਕਿ ਹੁਣ ਕੰਮ ਹੋ ਗਿਆ ਹੋਇਆ ਬੜਾ ਉਲਟ, ਉਹ ਜਿਹਨੇ ਕਿਸੇ ਨੇ 10 ਰੁਪਈਏ ਕਿਸੇ ਦੇਣੇ ਆ ਨਾ, ਉਹਦੇ ਨਾਲ ਬੰਦੇ ਬਥੇਰੇ ਖੁੱਲੋ ਜਾਂਦੇ। ਉਹ ਕਹਿੰਦੇ ਦਹੀਂ ਨਾ ਟਕੀ, ਹੁਣ ਅਸੀਂ ਤੇਰੇ ਨਾਲ ਆ, ਭੋਰਾ ਨਾ ਘਬਰਾਈ। ਉਹ ਜਿਹਨੇ ਲੈਣੇ ਆ ਨਾ, ਉਹ ਵਿਚਾਰਾ ਉੱਦਾਂ ਤੁਰਿਆ ਫਿਰਦਾ ਡੋਰ ਭੋਰਾ ਵੀ ਹੁਣ ਮੈਂ ਕਿਹਨੂੰ ਕਵਾਂ ਕਿਉਂ। ਹਾਲਾਂਕਿ ਇੰਨਾ ਹੋਣੀ ਨਹੀਂ ਚਾਹੀਦੀ ਇੱਦਾਂ, ਕਿਉਂਕਿ ਜਿਹੜਾ ਕੋਈ ਚੀਜ਼ ਦਿੰਦਾ ਨਾ, ਉਹ ਤੁਹਾਨੂੰ ਵਕਤ ਸਿਰ ਤੁਹਾਡਾ ਵਕਤ ਸਾਰਦਾ, ਤੁਹਾਡੇ 'ਤੇ ਬਹੁਤ ਵੱਡੀ ਨੇਕੀ ਕਰਦਾ, ਤੁਹਾਡੇ 'ਤੇ ਅਹਿਸਾਨ ਕਰਦਾ। ਉਹ ਦੇਖੋ ਜੇ ਕਿਸੇ ਦਾ ਮਾੜਾ ਵਕਤ ਕਿਸੇ ਦੀ ਆਸ ਦੇ ਨਾਲ ਜਾਂ ਕਿਸੇ ਦੀ ਵਜ੍ਹਾ ਦੇ ਨਾਲ ਤੁਹਾਡਾ ਨਿਕਲ ਜਾਂਦਾ ਨਾ ਟਾਈਮ, ਤਾਂ ਤੁਸੀਂ ਸ਼ੁਕਰ ਅਦਾ ਕਰਿਆ ਕਰੋ ਵੀ ਯਾਰ ਅੱਲਾ ਦੀ ਯਾਦ ਨੇ ਸਾਡਾ ਸਵਾਬ ਲਾਤਾ, ਸਾਡੀ ਬੁੱਤੀ ਲੱਗ ਗਈ, ਸਾਨੂੰ ਵਿੱਚ ਵਕਤ ਮਿਲ ਗਿਆ। ਅਤੇ ਕਿਸੇ ਨੂੰ ਖਰਾਬ ਕਰਨਾ ਜਾਂ ਕਿਸੇ ਨੂੰ ਜਲੀਲ ਕਰਨਾ, ਇਹ ਗੱਲ ਨਹੀਂ ਚੰਗੀ। ਉਹ ਇੱਕ ਬੰਦਾ ਸੀ ਇੱਦਾਂ ਸਾਡੇ ਨਾਲ ਦੇ ਚੱਕਦਾ, ਅਤੇ ਉਹਨੇ ਫੈਸਲਾ ਬਾਅਦ ਉਹਨਾਂ ਕਿਸੇ ਕੋਲੋਂ 20,000 ਰੁਪਈਆ ਲੈਣਾ। ਉਹ ਉੱਥੇ ਲੈਣ ਚਲਾ ਗਿਆ 20,000 ਰੁਪਈਆ, ਕਦੇ ਗੇੜੇ 2-4 ਮਾਰੇ ਨਾ ਟਕਰਿਆ। ਅਤੇ ਉਹ ਇੱਕ ਦਿਨ ਕਦੇ ਗਿਆ ਅਤੇ ਉਹ ਟੱਕਰ ਗਿਆ, ਉਹ ਭਾਈ ਉੱਥੇ ਗਾਲੋਬਾਲੀ ਹੋ ਪਏ 20,000 ਰੁਪਈਏ ਤੋਂ। ਉਹਨਾਂ ਨੇ 15 'ਤੇ ਕਾਲ ਕੀਤੀ ਅਤੇ ਉਹ ਪੁਲਿਸ ਆ ਗਈ। ਉਹਨਾਂ ਨੇ ਪੁਲਿਸ ਵਾਲਿਆਂ ਨੇ ਗੱਲ ਕਰੀ ਜੀ, ਦੋਵੇਂ ਘਰ ਫੜੇ ਲਓ ਜੀ, ਐਂ ਹੋ ਗਈ, ਉਹ ਸਾਨੂੰ ਤਾਂ ਇੱਧਰੋਂ ਕਾਲ ਆ ਗਈ, ਫਿੱਟ ਲਾਂਤ ਕਰ ਕੁਰ ਕੇ ਉੱਥੇ ਥਾਣੇ ਲੈ ਗਏ। ਉੱਥੋਂ ਗੱਲ ਕਰੀ ਜੀ, ਇੱਦਾਂ ਹੀ ਰੌਲਾ ਰੱਪਾ ਪਾ ਪੂ ਕੇ ਪਿੱਛੇ ਆ ਗਿਆ, ਵਾਪਸ ਆ ਗਿਆ। ਉਹਨੇ ਗੁੱਸੇ ਨਾਲ ਜਾ ਕੇ ਅਤੇ ਫੈਸਲਾਬਾਦ ਉੱਤੇ ਕੇਸ ਕਰਤਾ ਵੀ ਮੇਰਾ ਇਹਨੇ 20,000 ਰੁਪਈਆ ਦੇਣਾ। ਅਤੇ ਉਹ ਕੇਸ ਚੱਲਦੇ ਨੂੰ ਭਾਈ ਜੀ 8 ਸਾਲ ਹੋ ਗਏ। 28 ਸਾਲੀ ਜੱਜ ਸਾਹਿਬ ਨੇ ਫੈਸਲਾ ਕੀਤਾ ਵੀ 500 ਰੁਪਈਆ ਇਹ ਮਹੀਨਾ ਦਿਆ ਕਰੂਗਾ, ਜਿਹਨੇ ਪੈਸੇ ਦੇਣੇ ਸੀ 20,000 ਰੁਪਈਆ। ਅਤੇ ਉਹ ਵਿਚਾਰਾ ਹੁਣ ਜਿਹਨੇ ਪੈਸੇ ਲੈਣੇ ਆ, ਉਹ ਚੌਧਰੀ ਸਾਹਿਬ ਮਹੀਨੇ ਬਾਅਦ ਜਾਂਦਾ ਵਾ, 650 ਰੁਪਈਆ ਕਿਰਾਇਆ ਲੱਗਦਾ ਉਹਦਾ ਆਉਣ ਜਾਣ ਦਾ, ਅਤੇ 500 ਉੱਥੋਂ ਲੈ ਕੇ ਮੁੜਿਆ ਹੁੰਦਾ।